ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਪੰਜਾਬੀ ਇੰਡਸਟਰੀ ਦੇ ਵਿੱਚ ਕਿੰਨੇ ਹੀ ਗਾਇਕ ਆਉਂਦੇ ਹਨ ਜੋ ਦੁਨੀਆ ਦੇ ਵਿੱਚ ਆਪਣਾ ਵੱਖਰਾ ਨਾਮ ਬਣਾ ਲੈਂਦੇ ਹਨ ਪਰ ਇਸ ਦੁਨੀਆ ਦੀ ਰੀਤ ਦੇ ਮੁਤਾਬਿਕ ਉਹਨਾਂ ਨੂੰ ਵੀ ਇਸ ਫਾਨੀ ਦੁਨੀਆ ਨੂੰ ਛੱਡ ਕੇ ਅਲਵਿਦਾ ਕਹਿਣਾ ਪੈਂਦਾ ਹੈ ਅਤੇ ਸ਼ੌਕਤ ਅਲੀ ਮਤੋਈ ਜੀ ਜਿਨ੍ਹਾਂ ਦਾ ਇਸ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਨਾਮ ਰਿਹਾ ਜਿਨ੍ਹਾਂ ਨੇ ਆਪਣੀ ਸੂਫੀ ਗਾਇਕੀ ਦੇ ਨਾਲ ਅਤੇ ਆਪਣੀਆਂ ਕਵਾਲੀਆਂ ਦੇ ਰਾਹੀਂ ਦੁਨੀਆ ਦੇ ਦਿਲਾਂ ਨੂੰ ਜਿੱਤ ਲਿਆ ਪਰ ਅੱਜ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ੌਕਤ ਅਲੀ ਮਤੋਈ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਕੱਲ 12 ਵਜੇ ਦੇ ਕਰੀਬ ਲੁਧਿਆਣਾ ਦੇ ਨਿੱਜੀ ਹਸਪੀਟਲ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਮੌਤ ਤੋਂ ਇੱਕ ਦਿਨ ਪਹਿਲਾਂ ਸ਼ੌਕਤ ਅਲੀ ਮਤੋਈ ਜੀ ਦੀ ਕਾਫੀ ਜ਼ਿਆਦਾ ਤਬੀਅਤ ਵਿਗੜ ਗਈ ਅਤੇ ਰਾਤ ਦੇ ਸਮੇਂ ਉਹਨਾਂ ਨੂੰ ਲੁਧਿਆਣਾ ਦੇ ਨਿੱਜੀ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਉਹ ਦਿਲ ਅਤੇ ਕਿਡਨੀ ਦੀ ਬਿਮਾਰੀ ਦੇ ਨਾਲ ਪੀੜਿਤ ਸਨ ਸ਼ੌਕਤ ਅਲੀ ਮਤੋਈ ਜੀ ਭਾਵੇਂ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਚੈਨਲ ਸ਼ਾਨ ਪੰਜਾਬੀ ਉਹਨਾਂ ਨੂੰ ਹਮੇਸ਼ਾ ਯਾਦ ਰੱਖੇਗਾ ਅਤੇ ਉਹਨਾਂ ਦੇ ਗਾਇਕੀ ਰਾਹੀਂ ਉਹ ਹਮੇਸ਼ਾ ਹੀ ਦੁਨੀਆ ਦੇ ਉੱਤੇ ਜ਼ਿੰਦਾ ਰਹਿਣਗੇ ਅਤੇ ਚੈਨਲ ਸ਼ਾਨ ਪੰਜਾਬੀ ਉਹਨਾਂ ਦੀ ਪੂਰੀ ਜ਼ਿੰਦਗੀ ਦੇ ਸਫ਼ਰ ਨੂੰ ਸਲਾਮ ਕਰਦਾ ਹੈ।